ਮਾਤਾ ਪਿਤਾ ਬਣਨਾ ਅਜੇ ਵੀ ਤੁਹਾਡਾ ਸੁਪਨਾ ਹੈ? ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ। ਮੁਫਤ ਸਲਾਹ ਲਈ ਕਾਲ ਕਰੋ 9953923945 ਤੇ। ਲੋਹੇ ਦੀਆਂ ਜੰਜੀਰਾਂ ਚ ਬੰਨੀ ਮਾਸੂਮ ਜ਼ਿੰਦਗੀ, ਤਸਵੀਰਾਂ ਫਾਜ਼ਿਲਕਾ ਦੇ ਪਿੰਡ ਬੂੜਵਾਲਾ ਦੀਆਂ ਨੇ, ਜਿੱਥੇ ਇੱਕ ਪਰਿਵਾਰ ਨੇ ਆਪਣੇ 14 ਸਾਲਾ ਬੱਚੇ ਨੂੰ ਜੰਜੀਰਾਂ ਨਾਲ ਬੰਨ ਕੇ ਰੱਖਿਆ ਹੋਇਆ। ਪਰਿਵਾਰ ਦਾ ਕਹਿਣਾ ਹੈ ਕਿ ਜਦ ਜੰਜੀਰਾਂ ਖੋਲੀਆਂ ਜਾਂਦੀਆਂ ਨੇ ਤਾਂ ਬੱਚਾ ਦੂਜਿਆਂ ਨੂੰ ਹੀ ਨਹੀਂ ਬਲਕਿ ਆਪਣੇ ਆਪ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ, ਜਿਸ ਕਾਰਨ ਉਹ ਬੱਚੇ ਨੂੰ ਬੰਨ ਕੇ ਰੱਖਣ ਲਈ ਮਜਬੂਰ ਨੇ। ਤੁਹਾਨੂੰ ਵੀ ਮਾਰਦਾ? ਤੁਹਾਡੀ ਕੋਈ ਮਦਦ ਨੀ ਹੋਈ? ਗਰੀਬ ਬੰਦੇ ਦਿਹਾੜੀਦਾਰ ਹੈਗੇ, ਜਿੰਨਾ ਸਾਡਾ ਸਾਡਾ ਦਿਹਾੜੀ ਦਾ ਬੰਦਾ ਸੀ, ਦਵਾਈਆਂ ਤੇ ਪੈਸੇ ਲਾਣੇ, ਸਾਡੀ ਕੋਈ ਵੀ ਮਦਦ ਨੀ ਕਰਦਾ, ਨਾ ਕੋਈ ਸਰਪੰਚ ਨਾ ਕੋਈ ਮੈਂਬਰ। ਜੇ ਮਕਾਨ ਵੀ ਆਉਂਦਾ ਜੀ, ਉਹ ਹੋਰ ਕਿਸੇ ਦਾ ਬਣ ਜਾਂਦਾ, ਸਾਡਾ ਮਕਾਨ ਵੀ ਨੀ ਬਣਦਾ। ਕਿਉਂ ਰਾਸ਼ਨ ਕਾਰਡ ਚ ਕਿਉਂ ਨੀ ਨਾ ਕੱਟਦੀ? ਹਾਲਾਂਕਿ ਇਸ ਬਾਰੇ ਪਤਾ ਲੱਗਣ ਤੇ ਪੁਲਿਸ ਅਤੇ ਚਾਈਲਡ ਵੈਲਫੇਅਰ ਸੁਸਾਇਟੀ ਦੀ ਟੀਮ ਮੌਕੇ ਤੇ ਪਹੁੰਚੀ, ਜਿਨ੍ਹਾਂ ਵੱਲੋਂ ਬੱਚੇ ਨੂੰ ਰੈਸਕਿਊ ਕਰਕੇ ਡੀਸੀ ਦਫ਼ਤਰ ਲਿਜਾਇਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਉਹ ਪਰਿਵਾਰ ਤੇ ਬੱਚੇ ਦੀ ਪੂਰੀ ਮਦਦ ਕਰਨਗੇ। ਇਹਨਾਂ ਦੇ ਮਾਨਯੋਗ ਡਿਪਟੀ ਕਮਿਸ਼ਨਰ ਵੱਲੋਂ ਸਾਨੂੰ ਹੁਕਮ ਹੋਏ ਸੀ ਕਿ ਪਿੰਡ ਬੂਰ ਵਾਲੇ 'ਚ ਇਸ ਤਰ੍ਹਾਂ ਦਾ ਕੋਈ ਬੱਚਾ ਹੈ ਜੋ ਜਿਹਨੂੰ ਕਿ ਸੰਗਲਾਂ ਦੇ ਨਾਲ ਬੰਨ੍ਹ ਕੇ ਰੱਖਿਆ। ਉਸ ਦੇ ਸੰਬੰਧ ਵਿੱਚ ਇਮੀਡੀਏਟਲੀ ਅਸੀਂ ਜਿਵੇਂ ਹੀ ਸਾਨੂੰ ਪਤਾ ਲੱਗਿਆ ਤਾਂ ਅਸੀਂ ਮੌਕੇ 'ਤੇ ਪਹੁੰਚੇ, ਫੈਮਿਲੀ ਨਾਲ ਗੱਲਬਾਤ ਕੀਤੀ, ਉਹਨਾਂ ਦੇ ਡਾਕੂਮੈਂਟ ਚੈੱਕ ਕਰਦੇ ਹਾਂ, ਜੋ ਵੀ ਰੂਲਾਂ ਮੁਤਾਬਕ ਹੈਲਪ ਹੁੰਦੀ ਹੋਈ ਉਹ ਜ਼ਰੂਰ ਕਰਾਂਗੇ, ਅਤੇ ਉਹ ਆਪਾਂ ਰਿਟਰਨ ਦੇ ਵਿੱਚ ਲਾਂਗੇ ਅਤੇ ਸੰਬੰਧਿਤ ਡਿਪਾਰਟਮੈਂਟ ਨੂੰ ਭੇਜਾਂਗੇ ਮੈਡਮ ਦੇ ਧਿਆਨ 'ਚ ਲਿਆ ਕੇ, ਜੋ ਵੀ ਹੋਇਆ ਬੰਨ ਦੀ ਕਾਰਵਾਈ ਕੀਤੀ ਜਾਏਗੀ। ਅੜੀਆ ਇੱਕ 14 ਸਾਲ ਦਾ ਲੜਕਾ ਜਿਹਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਪਿੰਡ ਦੇ ਵਿੱਚ ਘਰ ਪਰਿਵਾਰ ਦੇ ਜੀਆਂ ਨੇ, ਅਤੇ ਜਿਹਦੇ ਵਿੱਚ ਅਸੀਂ ਮੌਕੇ 'ਤੇ ਪਹੁੰਚੇ ਹਾਂ, ਟੀਮ ਨਾਲ ਵੈਲਫੇਅਰ ਕਮੇਟੀ ਚਾਈਲਡ ਕੇਅਰ ਕਮੇਟੀ ਨੂੰ ਉਹਨੂੰ ਫੋਨ ਕੀਤਾ, ਉਹਨਾਂ ਦੇ ਅਫਸਰ ਜਿਹੜੇ ਮੌਕੇ 'ਤੇ ਆਏ ਆ, ਸਾਰੇ ਹਾਲਾਤ ਜਿਹੜੇ ਆ ਦੇਖੇ ਆ, ਸਾਰੇ ਪਰੂਫ ਵਗੈਰਾ ਉਹਨਾਂ ਆਧਾਰ ਕਾਰਡ ਚੈੱਕ ਕੀਤੇ ਆ, ਉਹਨੂੰ ਰੈਸਕਿਊ ਕਰਕੇ ਉਹ ਡੀ ਸੀ ਦਫ਼ਤਰ ਫਾਜ਼ਿਲਕਾ ਲੈ ਕੇ ਜਾਣਾ ਜੀ।